ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਰੈਡਿੰਗ ਰਹਿੰਦਾ, ਰਿਟਾਇਰਡ ਲੈਕਚਰਰ ਹੈਗਾ ਮੈਟਲਰਜੀ ਦਾ, ਅਤੇ ਸਿੱਖੀ ਅਤੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ। ਅਤੇ ਇਹ ਵੈਸਟ ਜਿਹੜਾ ਬੜਾ ਸੋਹਣਾ ਮੁਲਕ ਹੈਗਾ ਜਿੱਥੇ ਕਿ ਤੁਸੀਂ ਆਪਣੀ ਸਿੱਖੀ ਦਾ ਪ੍ਰਚਾਰ ਇਹਨਾਂ ਨੂੰ ਇਹਨਾਂ ਦੀ ਆਪਣੀ ਲੈਂਗੁਏਜ 'ਚ ਨਾ ਦੱਸ ਸਕਦੇ ਹੈਗੇ। ਅਤੇ ਇਸ ਕਰਕੇ ਤੁਸੀਂ ਵੀ ਕ੍ਰਿਸਚੈਨਿਟੀ ਦੇ ਜਿਹੜੇ ਪੈਰਾਬਲ ਹੈਗੇ ਬਾਈਬਲ ਦੇ, ਇਹ ਦੱਸੋ ਇਹਨਾਂ ਨੂੰ, ਪਤਾ ਲੱਗੇ ਕਿ ਕੀ ਸਿੱਖਿਆ ਹੈਗਾ। ਪਰ ਗੱਲ ਇਹ ਹੈਗੀ ਕਿ ਖੱਤਰੀਆਂ ਨੇ, ਇਹ ਹੈਗੇ ਨੇ ਕਿੰਗਸ ਅਤੇ ਐਮਪਰਰਸ ਆਫ ਡਾਰਕਨੈਸ, ਬਾਦਸ਼ਾਹ ਅਤੇ ਸ਼ਹਿਨਸ਼ਾਹ ਹੈਗੇ ਨੇ ਕਲਯੁੱਗ ਦੇ। ਅਤੇ ਇਹਨਾਂ ਨੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਹੈਗਾ ਕਿ ਉਹਨਾਂ ਨੂੰ ਸਤਿਗੁਰੂ ਦਾ ਨਹੀਂ ਪਤਾ ਲੱਗਣ ਦਿੰਦੇ। ਅਤੇ ਪਹਿਲਾਂ ਤਾਂ ਜਿਹੜਾ ਨਾਨਕ ਨੂੰ ਇਹ ਗੁਰੂ ਕਹਿੰਦੇ ਨੇ, ਮਸ਼ਹੂਰ ਕਰ ਕੀਤਾ ਹੈਗਾ, ਇਹ ਜਿਹੜੇ ਗੁਰੂ ਜਿਹੜਾ ਕਹੇ ਉਹਨੂੰ ਨਾਨਕ ਨੂੰ, ਉਹਨਾਂ ਦੀ ਬੇਅਦਬੀ ਕਰਨਾ ਹੈਗਾ। ਕਿਉਂ? ਗੁਰੂ ਹੁੰਦਾ ਮਾਤਾ ਪਿਤਾ ਅਤੇ ਪੰਡਿਤ, ਜਿਹੜੇ ਆਪਣੇ ਸਰੀਰ ਦੀ ਸਿਕਸ਼ਾ ਦਿੰਦੇ, ਮੋਰਲ ਲਾਅ ਦਿੰਦੇ ਨੇ ਜਿਹੜੇ। ਅਤੇ ਜਿਹੜਾ ਗਿਆਨ ਦੇ ਵਿੱਚ ਸਪਿਰਚੁਅਲ ਜਾਂ ਰੂਹਾਨੀ ਗਿਆਨ ਦੇ ਵਿੱਚ ਜਿਹੜਾ ਮਨ ਨੂੰ ਦਿੱਤਾ ਜਾਂਦਾ ਹੈਗਾ, ਉਹਨੂੰ ਕਹੀਦਾ ਸਤਿਗੁਰੂ। ਜੇ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਕਹਿ ਦਿਓ ਤਾਂ ਉਹਨਾਂ ਦੀ ਬੇਅਦਬੀ ਹੈਗੀ। ਅਤੇ ਸਤਿਗੁਰੂ ਤੋਂ ਵੱਡਾ ਹੁੰਦਾ ਸੱਚੇ ਪਾਤਸ਼ਾਹ। ਅਤੇ ਜੇ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਨੂੰ ਗੁਰੂ ਕਹਿ ਦਿਓ ਤਾਂ ਬਹੁਤ ਹੀ ਜ਼ਿਆਦਾ ਬੇਅਦਬੀ ਹੈਗੀ। ਅਤੇ ਤੁਸੀਂ ਆਪੇ ਹੀ ਸੋਚ ਲਓ, ਜਿਹੜੇ ਆਦਮੀ ਨੂੰ ਇਹ ਨਹੀਂ ਪਤਾ ਵੀ ਨਾਨਕ ਸਤਿਗੁਰੂ ਸੀਗਾ ਗੁਰੂ ਨਹੀਂ ਸੀਗਾ, ਉਹਨੂੰ ਦੂਜਾ ਕੀ ਪਤਾ ਲੱਗੂਗਾ। ਇਸ ਤੋਂ ਲਾ ਲਓ ਕਿੰਨੇ ਕੁ ਆਦਮੀ ਜਿਹੜੇ ਹੈਗੇ ਉਹਨੂੰ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ। ਅਤੇ ਇਸ ਲਈ ਸਤਿਗੁਰੂ, ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਕਿਹਾ ਹੈਗਾ ਕਿ ਕੋਟਨ ਮੇ ਏਕ ਨਰੈਣ ਨੂੰ ਚੇਤੇ ਕਰੇਗਾ, ਯਾਨੀ ਕਿ ਸਿੱਖ ਜਿਹੜਾ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਇਹਨਾਂ ਨੇ ਜਿੰਨਾ ਗੁਮਰਾਹ ਕੀਤਾ ਹੈਗਾ। ਅਤੇ ਇਸ ਕਰਕੇ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਜਿਹੜੇ ਅਖੀਰਲੇ ਦੁਨੀਆਂ 'ਚ ਸਤਿਗੁਰੂ ਹੋਏ ਨੇ ਅਤੇ ਅਨੋਇੰਟਡ, ਇਹ ਜਦੋਂ ਆਪਣੇ ਘਰ ਹਰਿਮੰਦਰ ਸਾਹਿਬ ਗਏ ਸੀ ਅਤੇ ਜਿਹੜੇ ਸੋਢੀ ਖੱਤਰੀ ਜਿਹੜੇ ਉਦੋਂ ਉੱਥੇ ਬੈਠੇ ਸੀਗੇ, ਤੁਹਾਨੂੰ ਦੱਸਿਆ ਕਿ ਕਿੱਦਾਂ ਖੱਤਰੀ ਜਿਹੜਾ ਅਗਲਾ ਸਤਿਗੁਰੂ ਹੁੰਦਾ ਸੀ ਉਹਦੇ ਨਾਲ ਕਿੱਦਾਂ ਨਫ਼ਰਤ ਕਰਦੇ ਸੀ। ਅਤੇ ਜਿਹੜੇ ਉੱਥੇ ਖੱਤਰੀ, ਸੋਢੀ ਖੱਤਰੀ ਉੱਥੇ ਬੈਠੇ ਸੀਗੇ ਹਰਿਮੰਦਰ ਵਿੱਚ, ਉਹਨਾਂ ਨੇ ਸਤਿਗੁਰੂ ਤੇਗ ਬਹਾਦਰ ਜੀ ਮੂੰਹ 'ਤੇ ਦਰਵਾਜ਼ਾ ਮਾਰਿਆ ਕਿ ਜਾ ਦੌੜ ਜਾ, ਇੱਥੇ ਕੀ ਕਰਨਾ ਉਹਨਾਂ, ਯਾਨੀ ਕਿ ਉਹਨਾਂ ਨੂੰ ਉਹਨਾਂ ਨੇ ਚਾਹਿਆ ਨਹੀਂ ਕਿ ਅੰਦਰ ਆਵੇ, ਅਤੇ ਨਾ ਹੀ ਉਹ ਚਾਹੁੰਦੇ ਸਨ ਕਿ ਇਹ ਕਿਤੇ ਪੰਜਾਬ ਵਿੱਚ ਵੀ ਨਾ ਰਹੇ, ਇਹ ਕਿਤੇ ਦੂਰ ਹੀ ਚਲਾ ਜਾਏ। ਇਸ ਕਰਕੇ ਜਦੋਂ ਉਹਨਾਂ ਨੇ ਮੂੰਹ 'ਤੇ ਫਟਕਾਇਆ, ਦਰਵਾਜ਼ਾ ਮਾਰਿਆ, ਅਤੇ ਇਹ ਫਿਰ ਪੰਜਾਬ ਛੱਡ ਕੇ ਦੂਸਰੇ ਪਾਸੇ ਕਲਕੱਤਾ ਅਸਾਮ ਵੱਲ ਚਲੇ ਗਿਆ ਸੀਗੇ, ਪਟਨਾ ਸਾਹਿਬ ਚਲੇ ਗਏ ਆਪਣਾ ਪ੍ਰਚਾਰ ਕਰਨ ਲਈ। ਅਤੇ ਇਹਨਾਂ ਖੱਤਰੀਆਂ ਨੂੰ ਕਿਹਾ, ਚੰਗਾ ਫਿਰ ਵੰਗਾਰਿਆ ਇਹਨਾਂ ਨੂੰ ਕਿ ਤੁਸੀਂ ਆਪਣਾ ਕਲਯੁੱਗ ਬਣਾ ਲਓ, ਅਤੇ ਨਾਲੇ ਇਹ ਵੀ ਕਿਹਾ ਅੰਮ੍ਰਿਤ ਸਰੀਏ ਅੰਦਰ ਸੜੀਏ। ਬਨਾਰਸ ਦੇ ਤਾਂ ਠੱਗ ਸਾਰੇ ਜਾਣਦੇ ਨਾ, ਇਹ ਜਿਹੜੇ ਅੰਮ੍ਰਿਤਸਰ ਦੇ ਜਿਹੜੇ ਠੱਗ ਸੀਗੇ ਉਹ ਬਨਾਰਸ ਦੇ ਠੱਗਾਂ ਦੇ ਵੀ ਉਸਤਾਦ ਸਨ। ਅੱਜ ਤੁਸੀਂ ਉੱਥੇ ਜਾਂਦੇ ਹੈ, ਸੋਨਾ ਦੇਖ ਕੇ ਹਰਿਮੰਦਰ 'ਤੇ ਲੱਗਿਆ ਹੋਇਆ, ਅਤੇ ਬੜੇ ਚਾਹ ਨਾਲ ਜਾਂਦੇ ਆ ਸਾਡੇ ਹਰਿਮੰਦਰ 'ਤੇ ਸੋਨਾ ਲੱਗਾ ਹੈ, ਇਹ ਨਹੀਂ ਪਤਾ ਕਿ ਇਹਦਾ ਠੱਗੀ ਦਾ ਘਰ ਹੈਗਾ ਇੱਕ ਨੰਬਰ ਦਾ। ਇਹਨਾਂ ਖੱਤਰੀਆਂ ਨੇ ਦੁਕਾਨ ਚਲਾਉਣ ਲਈ ਇੱਕ ਸੋਨਾ ਲਗਵਾਇਆ ਸੀ, ਕਿਹਦੇ ਤੋਂ? ਇੱਕ ਮੂਰਖ ਜੱਟ ਤੋਂ। ਜੱਟ ਜਿਹੜੇ ਹੈਗੇ ਨੇ ਇਹ ਬੜੇ ਡਿਵੋਟਿਡ ਹੈਗੇ ਨੇ, ਪਰ ਇਹ ਮੂਰਖ ਹੈਗੇ ਨੇ, ਅਤੇ ਰਣਜੀਤ ਸਿੰਘ ਵਰਗਾ ਮੂਰਖ ਨਹੀਂ ਤੁਹਾਨੂੰ ਕਿਤੇ ਮਿਲਣਾ। ਸੋਨੇ ਅਤੇ ਅਕਾਲ ਪੁਰਖ ਦੇ 'ਚ ਕੀ ਹੈਗਾ? ਸਾਂਝ ਹੈਗੀ। ਅਤੇ ਨਾਲੇ ਇਹਨਾਂ ਨੇ, ਰਣਜੀਤ ਸਿੰਘ ਨੇ ਆਪਣੇ ਗੁਰਦੁਆਰੇ ਦੇ ਨਾਂ 'ਤੇ ਜ਼ਮੀਨਾਂ ਪੱਟੇ ਲਾ ਦਿੱਤੇ ਸੀ। ਇਹਨਾਂ ਨੂੰ ਪੁੱਛੇ ਵੀ ਸਤਿਗੁਰੂ ਰਾਮਦਾਸ ਜੀ ਦੇ ਅਕਬਰ ਤੋਂ ਲਈ ਨਹੀਂ ਸੀ ਜ਼ਮੀਨ? ਕਹਿੰਦੇ ਸੀ ਨਹੀਂ, ਜੋ ਸਿੱਖ ਲਿਆਉਣਗੇ ਉਹੀ ਪੱਕੇਗਾ ਅਤੇ ਖਾਣਗੇ, ਯਾਨੀ ਕਿ ਧਾਰਮਿਕ ਅਸਥਾਨਾਂ ਦੇ 'ਚ ਅਸਥਾਨਾਂ ਨੂੰ ਜ਼ਮੀਨਾਂ ਨਹੀਂ ਲੱਗਦੀਆਂ ਹੁੰਦੀਆਂ। ਜ਼ਮੀਨਾਂ ਜਿਹੜੀ ਹੈਗੀ ਇਹ ਬਾਹਰਲੀ ਦੁਨੀਆਂ ਦੀਆਂ ਹੈਗੀਆਂ ਨੇ, ਦੁਨਿਆਵੀ ਦੁਨੀਆਂ,
ਇਹ ਰੂਹਾਨੀ ਦੁਨੀਆ 'ਚ ਰੂਹਾਨੀ ਅਸਥਾਨ ਹੀ ਰਹਿੰਦਾ ਗੁਰਦੁਆਰਾ ਹੀ, ਇਹਨੂੰ ਜ਼ਮੀਨ ਜਿਹੜਾ ਕੋਈ ਲਾਉਂਦਾ ਜਾਂ ਕੋਈ ਹੋਰ ਘਰ ਘੁਰ ਲਾ ਦਿੰਦੇ, ਜਿੱਦਾਂ ਚਰਚਾਂ ਨੇ ਇਹਨਾਂ ਲਾਏ ਨਾ, ਕਈ ਕਈ ਘਰ ਚਰਚ ਦੇ ਹੁੰਦੇ ਨੇ, ਇਹ ਸਾਰਾ ਗੰਦ ਹੈਗਾ। ਇਸ ਗੰਦ ਪੈਣ ਕਰਕੇ ਹੀ ਫਿਰ ਇਹਨਾਂ ਦੀ ਜਿਹੜੀ ਕ੍ਰਿਸਚੈਨਿਟੀ ਨਿਕੰਮੀ ਹੋ ਗਈ। ਇਹਦੇ ਤੋਂ ਬਾਅਦ ਇਸਲਾਮ ਇਹਨਾਂ ਦਾ ਹੈ ਜਿਹੜਾ ਮੁਹੰਮਦ ਦਾ, ਹਜ਼ਰਤ ਮੁਹੰਮਦ ਨੇ ਵੀ ਉਹੀ ਕੰਮ ਕੀਤੇ ਜਿਹੜੇ ਕਿ ਇਹ ਪੋਕ ਕਰਦਾ ਸੀ। ਇਹ ਵੀ ਜਦੋਂ ਬਦਨਾਮ ਹੋ ਗਈ ਤਾਂ ਫਿਰ ਸਤਿਗੁਰੂ ਦੂਜਾ ਅਨੋਇੰਟਡ ਕ੍ਰਾਈਸਟ ਜਿਹੜਾ ਸੀ ਨਾ, ਸਤਿਗੁਰੂ ਨਾਨਕ ਦੇਵ ਜੀ ਆਏ ਸਭ ਤੋਂ ਵੱਡੇ, ਉਹਨਾਂ ਦੀਆਂ 6 ਜੋਤਾਂ ਨੇ ਨਾ ਫਿਰ ਕੋਈ 150 ਸਾਲ ਪ੍ਰਚਾਰ ਕੀਤਾ ਸਿੱਖੀ ਦਾ, ਪਰ ਫਿਰ ਵੀ ਘੋਰ ਅੰਧੇਰਾ ਹੀ ਰਿਹਾ। ਅੱਜ ਜਿਹੜਾ ਹੈਗਾ ਕੋਈ ਕੋਈ ਹੈਗਾ ਟਾਵਾਂ ਟਾਵਾਂ, ਜਿਹਨੂੰ ਕਿ ਸੋਚਿਆ ਸੋਚਣਾ ਹੋਈ, ਜੇ ਸੋਚੀ ਲਖਵਾਰ ਦੇ ਮੈਨੇ ਪਤਾ ਹੋਵੇ ਵੀ ਇਹਦਾ ਮਤਲਬ ਕੀ ਤੁੱਕਦਾ। ਮੈਂ ਦੇਖਦਾ ਸੀਗਾ ਕਈਆਂ ਨੇ ਕੀਤੇ ਨੇ ਟੀਕੇ ਕੀਤੇ ਨੇ, ਉਹਨਾਂ ਇਹੋ ਲਿਖਿਆ ਜੇ ਭਾਂਡਾ ਜੂਠਾ ਹੋਵੇ ਤਾਂ ਉਹਨੂੰ ਜਿੰਨਾ ਮਰਜ਼ੀ ਮਾਂਜ ਲਓ ਉਹਨਾਂ ਸੁੱਚਾ ਨਹੀਂ ਹੁੰਦਾ ਜੀ, ਹੋਰ ਹੀ ਪਾਸੇ ਲੈ ਗਿਆ। ਅਤੇ ਹੋਰ ਵੀ ਇੱਦਾਂ ਕਈਆਂ ਨੇ ਲਿਖਿਆ ਜੀ ਉਹਦੇ ਐਡਾ ਵੱਡਾ ਨਾਂ ਹੈਗਾ ਕਿ ਉਹਦੀ ਸੋਚ ਹੀ ਨਹੀਂ ਹੁੰਦੀ, ਫਿਰ ਜੇ ਨਾ ਉਹਦਾ ਵੱਡਾ ਸੋਚ ਨਹੀਂ ਹੁੰਦੀ ਫਿਰ ਆਇਆ ਕਾਹਦੇ ਲਈ ਇੱਥੇ। ਫਿਰ ਇਹ ਹੈਗਾ ਜਦੋਂ ਆਦਮੀ ਹੋਮੇ ਬਿਰਤੀ 'ਚ ਹੋਵੇ ਉਦੋਂ ਉਹਦੇ 'ਚ ਮਨ ਸੁੱਤਾ ਹੁੰਦਾ, ਉਹਦਾ ਜਾਗਿਆ ਨਹੀਂ ਹੁੰਦਾ। ਜਿੱਦਾਂ ਪਿੰਡ ਇੱਥੇ ਗੁਰਦੁਆਰੇ 'ਚ ਆਮ ਲੋਕ ਜਿਹੜੇ ਨੇ ਉਹ ਪਹਿਲੀ ਬਿਰਤੀ ਹੋਮੇ 'ਚ ਹੀ ਹੈਗੇ ਨੇ, ਉਹਨਾਂ ਦੇ ਸਾਰਿਆਂ ਦੇ ਮਨ ਸੁੱਤੇ ਹੋਏ ਨੇ। ਅਤੇ ਇਸ ਕਰਕੇ ਜਦੋਂ ਇਹਨਾਂ ਨੂੰ ਪਤਾ ਕਿ ਗ੍ਰੰਥੀ ਜਿਹੜਾ ਇੱਕ ਬੜਾ ਗੰਦਾ ਆਦਮੀ ਹੈਗਾ ਅਤੇ ਪੈਸੇ ਵੀ ਉਹ ਕੱਢਦਾ ਹੈਗਾ ਵਿੱਚ ਗੱਲੇ 'ਚ, ਸਭ ਕੁਝ ਕਰਦਾ ਸ਼ੈਤਾਨੀ ਹੈ, ਪਰ ਫਿਰ ਵੀ ਉਹਨੂੰ ਮੂਹਰੇ ਬਿਠਾਇਆ ਹੋਇਆ। ਅਖੇ ਜੀ ਇਹਦੇ ਬਿਨਾਂ ਸਰਦਾ ਨਹੀਂ ਹੈਗਾ, ਸਰਦਾ ਨਹੀਂ ਤਾਂ ਤੁਸੀਂ ਮੂਹਰੇ ਜਿਹੜਾ ਬਿਠਾਇਆ ਘੋੜੀ, ਇਹਨੂੰ ਸਤਿਗੁਰੂ ਅਰਜਨ ਦੇਵ ਜੀ ਨੇ ਘੋੜੀ ਕਿਹਾ ਨਾ, ਜਿਹੜੇ ਲਾਲਚੀ ਹੋਏ ਅਤੇ ਘੋੜੀ ਜਿਹੜਾ ਬਣਿਆ ਉਹਨੂੰ ਮੂਹਰੇ ਕੀਤਾ ਹੋਇਆ, ਤਾਂ ਆਪ ਤੁਸੀਂ ਕੌਣ ਹੈ ਅੰਨੇ। ਤਦੇ ਲਿਖਿਆ ਆਪਣੇ ਆਉਂਦਾ ਨਾ ਕਹਾਵਤ, ਰੱਬ ਰਲਾਈ ਜੋੜੀ ਇੱਕ ਅੰਨਾ ਅਤੇ ਇੱਕ ਘੋੜੀ, ਜਿਹੜੇ ਅੰਨੇ ਹੈਗੇ ਨੇ ਉਹ ਸੁਣਦੇ ਨੇ, ਘੋੜੀ ਉੱਥੇ ਪਾਠ ਕਰਦਾ ਹੈਗਾ। ਇਹ ਤਾਂ ਹਾਲਤ ਹੈਗੀ ਗੁਰਦੁਆਰਿਆਂ ਦੀ। ਅਤੇ ਹੁਣ ਤੁਸੀਂ ਸਿੱਖਿਆ ਕੀ ਫਿਰ, ਜੇ ਕੋਈ ਇਹਨਾਂ ਨੂੰ ਅਕਲ ਦੀ ਗੱਲ ਕਰਦਾ ਜਾਂ ਸਿੱਖਿਆ ਦੀ ਕਰਦਾ ਹੈਗਾ, ਉਹ ਕਹਿੰਦੇ ਜੀ ਇਹਦਾ ਤਾਂ ਸਿਰ ਫਿਰਿਆ ਹੋਇਆ ਹੈਗਾ, ਇਹ ਸਦਾਈ ਹੈਗਾ, ਇਹਨੂੰ ਨਹੀਂ ਪਤਾ। ਇਸ ਕਰਕੇ ਤਦੇ ਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਕੋਟਨ ਮੇਂ ਏਕ ਹੈ ਇਹ ਚੀਜ਼ ਜਿਹੜੀ ਆਉਂਦੀ। ਹੁਣੇ ਮੈਂ ਕੀਤੀ ਸੀਗੀ ਮਿੱਟੀ ਮੁਸਲਮਾਨ ਦੀ ਪਈ ਪੇੜੇ ਘੁਮਿਆਰ, ਉਹਦੇ ਅਰਥ ਜੇ ਕੀਤੇ ਨੇ ਤਾਂ ਕਿਸੇ ਨੂੰ ਨਹੀਂ ਪਤਾ। ਤੁਸੀਂ ਉਹ ਜੇ ਯੂਟਿਊਬ 'ਤੇ ਪਾਏ ਨੇ, ਮੈਂ ਜੇ ਤੁਸੀਂ ਉਹ ਪੜ੍ਹੇ ਸੁਣੋ ਤਾਂ ਤੁਸੀਂ ਦੇਖੋਗੇ ਕਿ ਕਿਸੇ ਨੂੰ ਨਹੀਂ, ਕਿਸੇ ਨੇ ਨਹੀਂ ਇੱਦਾਂ ਦੇ ਅਰਥ ਕੀਤੇ ਜਿੱਦਾਂ ਦੇ ਮੈਂ ਕੀਤੇ ਨੇ। ਅਤੇ ਇਹ ਸਾਰੀ ਅਕਾਲ ਪੁਰਖ ਦੀ ਦਇਆ ਹੈਗੀ, ਉਹ ਤਦੇ ਮਿਲਦੀ ਜੇ ਤੁਸੀਂ ਆਪਣਾ ਮੂੰਹ ਖੋਲੋਗੇ ਅਤੇ ਤੁਹਾਡਾ ਮਨ ਜਾਗਿਆ ਹੋਏਗਾ। ਜੇ ਮਨ ਸੁੱਤਾ ਹੈਗਾ, ਤੁਸੀਂ ਹੋਮੇ 'ਚ ਹੈਗੇ ਬਿਰਤੀ 'ਚ, ਤੁਸੀਂ ਸੋਚ ਨਹੀਂ ਸਕਦੇ ਕਦੀ ਵੀ ਅਕਾਲ ਪੁਰਖ ਦੀ ਬਾਣੀ ਉਹ ਗਲਤ ਮੁਲਤ ਇੱਦਾਂ ਜਿੱਦਾਂ ਹੈਗੀ ਹੈ। ਜਿਹੜੀ ਬੀੜਾਂ ਹੈਗੀਆਂ ਤੁਸੀਂ ਪੜ੍ਹਦੇ ਹਾਂ ਅਗਰ ਗੁਰਦੁਆਰੇ 'ਚ ਅੱਤ ਖਾਰੀਆਂ ਨੇ, ਇਹਨਾਂ 'ਚ ਬਹੁਤ ਸਫ਼ੇ ਮਟੇ 200-300 ਸਫ਼ੇ ਮਟੇ ਹੋਏ ਨੇ ਅਤੇ ਕਈ ਜਗ੍ਹਾ ਰਸਾਉਂਤ ਨਾ ਕੀਤੀਆਂ। ਇਸ ਕਰਕੇ ਪ੍ਰੋਫੈਸਰ ਜੋਤ ਸਿੰਘ ਨੇ ਇਹ ਕਿਤਾਬ ਜਿਹੜੀ ਸੀ ਕਰਤਾਰਪੁਰੀ ਬੀੜ ਉਹਦੇ ਦਰਸ਼ਨ ਕੀਤੇ ਸਨ ਅਤੇ ਉਹਨੇ ਇੱਕ ਕਿਤਾਬ ਲਿਖੀ, ਉਹ ਪੜ੍ਹੋ, ਉੱਥੋਂ ਪਤਾ ਲੱਗੇਗਾ ਕਿ ਇਹ ਜਿਹੜੀਆਂ ਤੁਸੀਂ ਪੜ੍ਹਦੇ ਹਾਂ ਬੀੜਾਂ ਅੱਤ ਖਾਰੀਆਂ ਨੇ ਅਤੇ ਜਿਹੜੀ ਅਸਲ ਦੀ ਨਕਲ ਕੀਤੀ ਸੀਗੀ ਭਾਈ ਬੰਨੂ ਜੀ ਨੇ ਉਹ ਸਾਰੀ ਦੁਨੀਆ 'ਚੋਂ ਪਾਕ ਹੈਗੀ ਅਤੇ ਪਵਿੱਤਰ ਹੈਗੀ। ਪਰ ਖੱਤਰੀ ਤੁਹਾਨੂੰ ਨਾ ਸਤਿਗੁਰੂ ਦਾ ਪਤਾ ਲੱਗੇ, ਨਾ ਤੁਹਾਨੂੰ ਬਾਣੀ ਦਾ ਪਤਾ ਲੱਗੇ, ਉੱਧਰ ਨੂੰ ਤੁਹਾਨੂੰ ਜਾਣ ਹੀ ਨਹੀਂ ਦਿੰਦੇ। ਕਹਿੰਦੇ ਨਹੀਂ ਜੀ ਇਹੋ ਹੀ ਹੈਗੀ, ਇਹ ਤੁਰਕੀ ਬਾਣੀ ਹੈਗੀ, ਇਹ ਤਾਂ ਇਹ ਤੁਰਕੀ ਕਿਵੇਂ ਹੋ ਜਾਏਗੀ ਜਦੋਂ ਇਹ ਛਾਪੇ ਖਾਨੇ ਦੀ ਹੈਗੀ। ਉਹ ਸੀਗੀ ਤੁਰਕੀ ਜਿਹੜੀ ਅਸਲੀ ਸੀਗੀ, ਅਸਲੀ ਤਾਂ ਇਹਨਾਂ ਨੇ ਕਈ ਵੀ ਵਿੱਚ ਉਹਦੇ 'ਚ ਗਲਤੀਆਂ ਅਤੇ ਸਫ਼ੇ ਪਾੜ ਦਿੱਤੇ ਅਤੇ ਕਈ ਕੁਛ ਕੀਤਾ ਹੈਗਾ। ਅਤੇ ਇਸ ਕਰਕੇ ਧਿਆਨ ਨਾਲ
ਚੱਲੋ ਤੇ ਆਪਣੀ ਸੁਰਤੀ ਨਾਲ ਚੱਲੋ।